वो जो आलू बुखारा था सूखा, ठीक है। अच्छा उसको मसल लेना है पानी में। अस्सलाम वालेकुम जी, वेलकम हो गया जी किचन कॉर्नर चैनल च दोस्तों, खुश आमदीद हो गया जी। अज संडे का दिन है जनाब, और अब्दुल हादी ने स्कूल तो छुट्टी है सर, तो अब्दुल हादी कहता जी साकी भाई, मैं क्या यार अब्दुल कहता साकी भाई किधर जा रहे हो, मैं क्या छत पे जा रहा हूँ। कहते क्या करना छत पे, प्रोग्राम क्या आपका। मैं क्या जी प्रोग्राम कोई नहीं हैगा जी, अज हैगा साडा भी, मैं एक अद्धा जोड़ा फिक्स करना, जरा जोड़े अपने वेच ते सीगे जोड़ा फिक्स करना। ਅਤੇ ਅਬਦੁਲ ਹਾਦੀ ਕਹਿੰਦਾ ਜੀ ਅੱਜ ਮੈਂ ਤੁਹਾਨੂੰ ਜੋੜਾ ਲਾਉਣ ਦਾ ਤਰੀਕਾ ਵੀ ਦੱਸਦਾ ਵਾਂ, ਤੁਹਾਡੀਆਂ ਵੀਡੀਓ ਦੇਖ ਕੇ ਸਿੱਖਿਆ ਵਾ ਜਨਾਬ, ਮੇਰੀਆਂ ਗੱਲਾਂ ਸੁਣ ਕੇ ਸਿੱਖਿਆ ਵਾ। ਅਤੇ ਅਬਦੁਲ ਹਾਦੀ ਸਾਹਿਬ ਸਰਕਾਰ ਇਹ ਵਾਲਾ ਕਬੂਤਰ ਹੈ ਜਨਾਬ ਮੇਰੇ ਪਾਸ, ਇਹ ਵਾਲਾ ਕਬੂਤਰ ਹੈ। ਅੱਛਾ ਇਹ ਵਾਲਾ ਕਬੂਤਰ ਜੋ ਹੈ ਨਾ ਸਰ, ਇਹ ਉੜਾ ਹੋਇਆ, ਜੇ ਮੈਂ ਲੈ ਕੇ ਆਊਂ ਬੜੀ ਦੂਰ ਸੇ, ਔਰ ਇਹ ਕਬੂਤਰ ਸ਼ਾਮ ਤਕਰੀਬਨ ਕੋਈ 4 ਕੇ ਬਾਅਦ ਹੀ ਜੇਠ ਮੈਂ ਉੜਾ ਹੋਇਆ, ਇਹ ਗੋਲਡਨ ਕਬੂਤਰ ਹੈ ਅਬਦੁਲ ਹਾਦੀ ਸਾਹਿਬ, ਇਹ ਕਬੂਤਰ ਹੈ। ਤੋ ਇਸਕੇ ਸਾਥ ਹਮਨੇ ਲਗਾਨੀ ਹੈ ਮਾਦੀ। ਔਰ ਆਜ ਪਿਛਲੀ ਦਫਾ ਜੋ ਅਬਦੁਲ ਹਾਦੀ ਨੇ ਨੁਸਖਾ ਬਤਾਇਆ ਥਾ ਨਾ, ਵੋ ਕਬੂਤਰ ਉਡਾਨੇ ਵਾਲਾ, ਵੋ ਮੁਝੇ 90% ਲੋਗੋਂ ਨੇ ਬੋਲਾ ਕਿ ਹਮਨੇ ਚੈੱਕ ਕੀ ਹੈ, ਬਹੁਤ ਅੱਛਾ ਰਿਜ਼ਲਟ ਹੈ ਉਸਕੇ ਲਈ ਅਬਦੁਲ ਹਾਦੀ ਕੋ ਵੈਰੀ ਗੁੱਡ ਵੈਲਡ ਹੈ। ਔਰ ਆਜ ਅਬਦੁਲ ਹਾਦੀ ਹੈ ਨਾ ਇੱਕ ਹੋਰ ਛੋਟਾ ਸਾ ਤਰੀਕਾ ਬਤਾਏਗਾ। ਅਬਦੁਲ ਹਾਦੀ ਬਤਾ ਰਹਾ ਥਾ ਕਿ ਮੈਂ ਨਾ ਕਬੂਤਰ ਉਡਾਨੇ ਕਾ ਇੱਕ ਹੋਰ ਤਰੀਕਾ ਬਤਾਤਾ ਹੂੰ, ਕੋਈ ਮੈਡੀਸਨ ਨਹੀਂ ਹੈ, ਸਿਰਫ ਦੇਸੀ ਟੋਟਕਾ ਹੈ, ਵੋ ਵੀ ਮੈਨੇ ਕੀਆ ਥਾ ਇੱਕ ਦਿਨ, ਔਰ ਬੜਾ ਅੱਛਾ ਰਿਜ਼ਲਟ ਹੈ, ਜੇ ਮੇਰੇ ਸਾਥ ਹੀ ਥਾ। ਕਹਿਤਾ ਵੋ ਬਾਬਾ ਮੈਂ ਸ਼ੇਅਰ ਕਰਨਾ, ਮੈਨੂੰ ਕਹਾ ਆਪ ਕਰ ਦੇਣਾ ਸ਼ੇਅਰ ਦੋਸਤ, ਕਹਿੰਦਾ ਵੋ ਬਾਅਦ ਮੈਂ ਪੁੱਛੇਗੇ। ਸਭ ਤੋਂ ਪਹਿਲੇ ਜੇ ਕਬੂਤਰ ਕੰਮ ਪੁੱਛਦੇ ਹਾਂ ਜੀ, ਸ਼ੌਕ ਕਰਵਾਤੇ ਅਬਦੁਲ ਹਾਦੀ ਸਾਹਿਬ, ਸ਼ੌਕ ਕਰਵਾਏ ਜੇ ਆਪ ਕਰਵਾਏਗੇ ਕਿ ਮੈਂ ਕਰਵਾਊਂ, ਚਲੇ ਮੈਂ ਕਰਵਾਤਾ ਹੂੰ। ਸਾਹਮਣੇ ਖੜੇ ਹੋ, ਦੇਖੇ ਜ਼ਰਾ ਕਬੂਤਰ ਦਿਖਾਏ, ਜ਼ਰਾ ਦੇਖੇ ਇਧਰ ਆਏ, ਜ਼ਰਾ ਪਾਸ ਆਏ, ਜ਼ਰਾ ਕਬੂਤਰ ਦੇਖੇ ਕੈਸਾ ਹੈ। ਇਹ ਕਬੂਤਰ ਮੇਰੇ ਕੋਲ ਕੁਆਲਿਟੀ ਔਰ ਕਮੀ ਲੱਗੀ, ਤੋ ਆਪਨੇ ਮੁਝੇ ਬਤਾਨਾ ਕਿ ਇਸਮੇਂ ਇਹ ਕਮੀ ਹੈ, ਸਹੀ ਨਹੀਂ ਹੈ ਜਾਂ ਸਹੀ ਹੈ, ਠੀਕ ਹੈ। ਮਾਦੀ ਇਸਕੇ ਸਾਥ ਅੱਛੀ ਲਗਾਏਗੇ, ਮਾਦੀ ਮੈਂ ਆਪਸੇ ਜ਼ਰੂਰ ਪੁੱਛੂੰਗਾ ਕੌਣ ਸੀ ਲਗਾਉਣੀ, ਠੀਕ ਹੈ। ਹਮ ਦੋਨੋਂ ਮਿਲ ਜੁਲ ਕੇ ਲਗਾਤੇ। ਇਹ ਭਾਈ ਜਾਨ ਗੋਲਡਨ ਕਬੂਤਰ ਆ ਭਾਈ ਜਾਨ, ਸ਼ੌਕ ਕਰੋ ਜ਼ਰਾ। ਅੱਛਾ ਆਪਨੇ ਗੋਲਡਨ ਜੋੜਾ ਲਗਾਉਣਾ? ਨਹੀਂ ਨਹੀਂ, ਮੈਨੇ ਹੈ ਨਾ ਇਸਕੇ ਸਾਥ ਕੋ ਮਾਦੀ ਕੋ ਲਿਜਾਨੀ ਹੈ, ਇਹ ਸੰਧੂਰੀ ਪਲਕ ਵੀ ਲਾਲ ਕਰ ਲੇਤਾ ਹੈ ਨਾ, ਇਹ ਕਬੂਤਰ ਬਹੁਤ ਅੱਛਾ ਉੜੋ ਹੈ। ਵੋ ਦੇਖ ਮੈਂ ਆਪਕੋ ਮਾਦੀ ਦਿਖਾਤਾ ਹੂੰ ਨਾ, ਫਿਰ ਡਿਸਾਈਡ ਕਰਤੇ ਹੈ ਕੌਣ ਸੀ ਮਾਦੀ ਲਗਾਉਣੀ ਹੈ। ਇਹ ਇਹ ਚੈੱਕ ਕਰੋ ਜੀ, ਇਹ ਕਬੂਤਰ ਭਾਜੀ ਜੇਠ ਦੇ ਵਿੱਚ ਇਸ ਕਬੂਤਰ ਦੀ ਪ੍ਰਵਾਜ਼ 4-5-4-5-4-5 ਇਸ ਕਬੂਤਰ ਦੀ ਪ੍ਰਵਾਜ਼ ਆ ਜੀ, ਠੀਕ ਹੈ ਜੀ। ਇਹ ਦੇਖ ਲਓ ਐਤਕੀ ਉਹਨਾਂ ਨੇ ਪਟਾਈ ਵੀ ਨਹੀਂ ਸੀ ਦਿੱਤੀ, ਉਹ ਬਜਾਤੇ ਖੁਦ ਕਹਿੰਦਾ ਸੀ ਯਾਰ ਮੈਂ ਜੋੜੇ ਲਾਉਣਾ ਕਬੂਤਰ ਇਹ, ਅਤੇ ਮੈਂ ਕਿਹਾ ਤੂੰ ਜੇ ਲਾਉਣਾ ਸਾਖੀ ਭਾਈ ਹੁੰਦੇ ਆਪ ਹੀ ਲਾ ਲਾਂਗੇ। ਸਰ ਚੈੱਕ ਕਰੋ ਸਲਾਈਆਂ, ਬੰਤਰ ਕਬੂਤਰ ਦੇਖੋ ਮਾਸ਼ਾਅੱਲਾ। ਅੱਛਾ ਆਪਕਾ ਕਿਆ ਜ਼ੇਨ ਹੈ, ਗੋਲਡਨ ਮਾਦੀ ਲਗਾਏ ਸਾਥ? ਕਬੂਤਰ ਠੀਕ ਹੈ, ਆਪਣੇ ਹੱਥ ਮੇਂ ਪਕੜਾ ਥਾ, ਕਬੂਤਰ ਬਹੁਤ ਟਾਈਟ ਹੈ, ਕਬੂਤਰ ਬਹੁਤ ਠੀਕ ਹੈ, ਬਹੁਤ ਠੀਕ ਹੈ, ਠੀਕ ਹੈ। ਕਬੂਤਰ ਆਪਕੇ ਪਾਸ ਹੈ ਨਾ, ਮੈਂ ਮਾਦੀ ਲੈ ਕੇ ਆਤਾ ਹੂੰ ਜਨਾਬ, ਮਾਦੀ ਦੇਖਦੇ ਹਾਂ ਕਬੂਤਰ, ਮੈਂ ਪਹਿਲੇ ਛੱਡ ਕੇ ਸ਼ੌਕ ਕਰਾਵਾਂ, ਇਹਨੇ ਚਿੰਬੜ ਨਾ ਜਾਲੀ ਦੇ ਨਾਲ, ਚਲੋ ਮਾਦੀ ਛੱਡੀ ਹੋ ਗਈ, ਮੈਂ ਚਿੰਬੜੂਗਾ ਨਹੀਂ। ਸਰ ਪਹਿਲੇ ਕਬੂਤਰ ਦਾ ਸ਼ੌਕ ਕਰੋ ਤੁਸੀਂ, ਇਹ ਲਓ ਇਹ ਚੈੱਕ ਕਰੋ, ਕਬੂਤਰ ਦੀ ਖਿਲਾਉਣੀ ਪੈਣੀ, ਇਹ ਲਓ ਜੀ ਇਹ ਕਬੂਤਰ ਆ ਭਾਈ ਯਾਰ, ਠੀਕ ਹੈ ਜੀ। ਹੁਣ ਤੁਹਾਨੂੰ ਮਾਦੀ ਲਿਆਉਂਦੇ ਹਾਂ, ਠੀਕ ਹੈ ਅਬਦੁਲ ਹਾਦੀ। ਲਓ ਜੀ ਭਾਈ ਜਾਨ, ਮੈਂ ਕ ਮਾਦੀ ਲਿਆਂਦੀ ਆ ਅਬਦੁਲ ਹਾਦੀ ਕੇ ਪਾਸ ਹੀ, ਅਬਦੁਲ ਹਾਦੀ ਇਹ ਚੈੱਕ ਕਰੇ ਜ਼ਰਾ ਮਾਦੀ, ਮੈਂ ਆਪਕੋ ਦਿਖਾਤਾ ਹੂੰ, ਉਸੇ ਛੂ ਨਾ ਜਾਏ, ਇਹ ਮਾਦੀ ਹੈ, ਇਹ ਕੌਣ ਸੀ ਹੈ ਭਲਾ? ਨਹੀਂ ਨਹੀਂ ਇਹ ਨਸਲ ਕੌਣ ਸੀ ਹੈ, ਟੈਡੀ ਨਸਲ ਕੀ ਹੈ ਨਾ, ਟੈਡੀ। ਅੱਛਾ ਨਹੀਂ ਆਪਨੇ ਇਹ ਦੇਖੋ, ਜੋੜ ਕੋ ਹੱਥ ਲਗਾਓ, ਹੱਡੀ ਕੋ ਹੱਥ ਲਗਾਓ, ਚੈੱਕ ਕਰੋ, ਯਾ ਸਹੀ ਹੈ, ਮਾਦੀ ਸਹੀ ਹੈ। ਅੱਛਾ ਜੀ ਭਾਜੀ, ਮਾਦੀ ਮਾਦੀ ਹੱਡੀ ਕੋ ਪਾਸ ਕਰਾ ਕੇ ਫਿਰ ਅਸੀਂ ਲਾਉਣੀ ਆ, ਮੈਂ ਤੁਹਾਨੂੰ ਸ਼ੌਕ ਵੀ ਕਰਾਉਂਦਾ ਵਾਂ, ਇਹ ਚੈੱਕ ਕਰੋ ਮਾਦੀ ਜ਼ਰਾ। ਇਹ ਭਾਈ ਜਾਨ ਮਾਦੀ ਜਿਹੜੀ ਮੈਨੂੰ ਪਸੰਦ ਆਈ ਸੀ, ਮੈਂ ਕਿਹਾ ਚਲੋ ਇਹ ਮਾਦੀ ਸਿਲੈਕਟ ਕਰਦੇ ਹਾਂ,
ਗੋਲਡਨ ਕਬੂਤਰ ਦੇ ਨਾਲ ਟੈਡੀ ਮਾਦੀ। ਅਬਦੁੱਲਾ ਜੀ ਆਪ ਕਿਆ ਕਹਤੇ ਹੋ? ਯੇ ਆਮ ਨਾ ਕੋਈ ਡਿਫਰੈਂਸ ਆ, ਡਿਫਰੈਂਟ ਜੋੜਾ ਲਗਾਓ ਐਸੇ ਟੈਡੀ ਗੋਲਡਨ ਤੋਂ ਰੋਜ਼ ਲਗਾਤੇ ਰਹਤੇ ਆਪ ਕੋਈ ਨਾ ਡਿਫਰੈਂਟ। ਮੈਨੇ ਪਹਿਲੇ ਵੀ ਬੋਲਾ ਕੋਈ ਡਿਫਰੈਂਟ ਡਿਫਰੈਂਟ ਬਰੀਡ ਬਣਾਓ। ਅੱਛਾ ਅੱਛਾ, ਯਾਨੀ ਕਿ ਆਪਕਾ ਮਤਲਬ ਹੈ ਟੈਡੀ ਗੋਲਡਨ ਤੋਂ ਹਰ ਬੰਦਾ ਲਗਾਤਾ ਹੈ, ਤੋ ਮੈਂ ਕੋਈ ਹੈ ਨਾ ਕੁਛ ਚੇਂਜਿੰਗ ਕਰੂੰ ਇਸਮੇ ਨਾ ਗੋਲਡਨ ਕੇ ਸਾਥ ਕੋ ਔਰ ਅੱਛੀ ਬਲੱਡ ਲੈਣ ਕੀ ਮਾਦੀ ਲਗਾਓ। ਜੈਸੇ ਆਪਨੇ ਰੈੱਡ ਲੋਸ ਬਣਾਈ ਹੈ। ਅੱਛਾ 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 ਅੱਛਾ, ਮੈਂ ਇੱਕ ਮਿੰਟ ਮੈਂ ਸਮਝ ਗਿਆ ਆਪਕੀ ਬਾਤ, ਮੈਂ ਆਪਕੋ ਦੂਸਰੀ ਮਾਦੀ ਦਿਖਾਤਾ ਹੂੰ। ਲਿਓ ਜੀ ਭਾਜੀ, ਪਹਿਲੇ ਆ ਮਾਦੀ ਦਾ ਸ਼ੌਕ ਕਰੋ ਸਰ, ਠੀਕ ਆ ਜੀ। ਟੈਡੀ ਮਾਦੀ ਆ, ਅਬਦੁੱਲ ਆਦੀ ਨੂੰ ਪਸੰਦ ਵੀ ਆ, ਹੈ ਵੀ ਠੀਕ ਕਹਿੰਦਾ, ਲੇਕਿਨ ਇਸ ਕਲਰ ਨੂੰ ਨਹੀਂ ਇਹਦੇ ਨਾਲ ਲਾਉਣਾ ਸਰ, ਇਹ ਮਾਦੀ ਨੂੰ, ਠੀਕ ਆ ਭਾਜੀ। ਟੈਡੀ ਗੋਲਡਨ ਨਹੀਂ ਕਹਿੰਦਾ ਅਸੀਂ ਲਿਆਉਣੀ, ਇਹਨੂੰ ਵੀ ਮੇਰੇ ਵਾਂਗੂ ਟੈਡੀ ਗੋਲਡਨ ਨਾਲ ਐਲਰਜੀ ਆ ਜੀ, ਠੀਕ ਆ ਭਾਜੀ। ਇਹ ਮਾਦੀ ਚੈੱਕ ਕਰ ਲਓ ਜੀ, ਇਹ ਮਾਦੀ ਦੇਖੋ ਮਾੜੀ ਆ ਯਾਰ, ਮੈਂ ਕੈਸੀ ਮਾਦੀ ਕੱਢੀ ਹੈ, ਇਹ ਦੇਖੋ ਐਡੀ ਸ਼ਾਨਦਾਰ ਮਾੜੀ ਆ, ਪਰ ਅਬਦੁੱਲ ਆਦੀ ਨੂੰ ਪਸੰਦ ਹੀ ਨਹੀਂ ਆਈ ਜਨਾਬ। ਚਲੋ ਮੈਂ ਅਭੀ ਦਿਖਾਤਾ ਹੂੰ ਆਪਕੋ, ਮੈਂ ਲੈ ਕੇ ਆਤਾ ਹੂੰ ਜੀ। ਲਓ ਜਨਾਬ, ਅਬਦੁੱਲ ਆਦੀ ਕਹਿੰਦਾ ਜੀ ਲਾਖੀ ਕੋ ਮਾਦੀ ਲੱਭ ਕੇ ਲਿਆਓ, ਤਾਂ ਮੈਂ ਇਹ ਲਾਖੀ ਮਾਦੀ ਲਿਆਂਦੀ ਲੱਭ ਕੇ, ਔਰ ਇਹ ਮਾਸ਼ਾਅੱਲਾ ਲਾਖੀ ਮਾਦੀ ਆ ਜੀ ਭਾਈ ਜਾਨ, ਔਰ ਅਬਦੁੱਲ ਆਦੀ ਨੂੰ ਮੇਰੇ ਵਾਂਗੂ ਲਾਖੇ ਪਸੰਦ ਆ, ਮੈਂ ਤੁਹਾਨੂੰ ਸ਼ੌਕ ਕਰਾਉਂਦਾ ਵਾਂ। ਹੁਣ ਅਬਦੁੱਲ ਆਦੀ ਨੂੰ ਪੁੱਛਾਂਗੇ ਜਨਾਬ ਇਹਦੇ ਬਾਰੇ 'ਚ, ਅਬਦੁੱਲ ਆਦੀ ਦੀ ਕੀ ਰਾਏ। ਅਬਦੁੱਲ ਆਦੀ ਆਪ ਬਤਾਏ ਇਸ ਮਾਦੀ ਕੇ ਬਾਰੇ ਮੈਂ, ਆਪ ਕਿਆ ਕਹਤੇ ਹੈ? ਐਸੀ ਕੀ ਮੈਂ ਮਾਦੀ ਕਹਿ ਰਹਾ ਸਾ ਸੇਮ ਐਸੀ ਕੀ ਮਾਦੀ, ਅਬ ਯੇ ਨਹੀਂ ਕੋਈ ਡਿਫਰੈਂਟ ਬਰੀਡ ਬਣ ਜਾਏਗੀ। ਗੋਲਡਨ ਸਾਥ ਮੇਂ ਯੇ ਲਾਖੀ, ਗੋਲਡਨ ਕਬੂਤਰ ਸਾਥ ਮੇਂ ਲਾਖੀ, ਦੋਨੋ ਉੜੇ ਹੈ। ਹਾਂ ਬਿਲਕੁਲ ਉੜੇ, ਬਿਲਕੁਲ ਦੋਨੋ ਬਹੁਤ ਟਾਈਮ ਕੀ ਹੋਣਾ ਹੈ ਨਾ। ਹਾਂ ਬਿਲਕੁਲ ਬਿਲਕੁਲ ਐਸੇ, ਅਬ ਯੇ ਇਨਕੇ ਬੱਚੇ ਇਨਸੇ ਵੀ ਜ਼ਿਆਦਾ ਟਾਈਮ ਕਰੇਗੇ। ਬਿਲਕੁਲ ਐਸਾ ਹੀ ਹੈ, ਯੇ ਇਨ ਦੋਨੋ ਨੇ ਇਨਕੇ ਮਾਂ ਬਾਪ ਨੇ ਟਾਈਮ ਕੀ ਹੈ, ਯੇ ਅੰਡੇ ਦੇ ਦੇਣਗੇ ਬੱਚੇ ਨਿਕਲੇਗੇ ਉਨਕੇ ਬੱਚੇ ਹੋਰ ਜ਼ਿਆਦਾ ਟਾਈਮ ਕਰੇਗੇ। ਵੈਰੀ ਗੁੱਡ। ਲਓ ਜੀ ਸਾਡਾ ਜੋੜਾ ਪਾਸ ਹੋ ਗਿਆ ਜੀ, ਅੱਜ ਸੰਡੇ ਸੀ, ਅਬਦੁੱਲ ਆਦੀ ਨੇ ਇੱਕ ਜੋੜਾ ਮੇਰਾ ਐਡਜਸਟ ਕਰਾਤਾ ਜੀ, ਗੋਲਡਨ ਮਾਦੀ ਔਰ ਇਹ ਲਾਖੀ ਗੋਲਡਨ ਮਾਦੀ ਆ ਗਈ ਜਨਾਬ। ਉਹਨਾਂ ਕਿਹਾ ਬੱਚੇ ਤੇਜ਼, ਜਿੱਦਾਂ ਮਾਂ ਪਿਓ ਉੱਠਦੇ ਆ ਨਾ ਇੱਦਾਂ ਹੀ ਬੱਚੇ ਇਹਨਾਂ ਨਾਲੋਂ ਵੀ ਜ਼ਿਆਦਾ ਪਰਿਵਾਰ ਦੇ ਨਾਲ ਉੜਨ, ਇਹ ਅਬਦੁੱਲ ਆਦੀ ਦਾ ਮਸ਼ਵਰਾ ਵਾ ਜੀ। ਇਹ ਮਾਦੀ ਦੀਆਂ ਅੱਖਾਂ 'ਚ ਪਾਣੀ ਦੇਖੋ, ਜਿੱਦਾਂ ਬੱਚਾ ਬੰਦਾ ਮਛਲੀਆਂ ਛੱਡ ਕੇ ਤਾਂ ਭਾਵੇਂ ਸਰਦੀਆਂ ਨੂੰ ਮੱਛੀਆਂ ਖਾਵੇ। ਇਹਦਾ ਰਿੰਗ ਬੇ ਬੜੀ ਪਿਆਰੀ ਬਣੀ ਆ, ਇਹ ਗੋਲਡਨ ਮਾਦੀ ਆ ਔਰ ਇਹ ਮਾਸ਼ਾਅੱਲਾ ਜੀ, ਇਹ ਚੈੱਕ ਕਰੋ ਲਾਖੀ ਮਾਦੀ। ਇਹ ਭਾਈ ਜਾਨ ਅਸੀਂ ਇਸ ਕਬੂਤਰ ਲਈ ਪਸੰਦ ਕੀਤੀ ਆ ਜੀ ਗੋਲਡਨ ਮਾਦੀ, ਲਾਖੀ ਗੋਲਡਨ ਮਾਦੀ, ਔਰ ਇਹਨੂੰ ਹੁਣ ਅਬਦੁੱਲ ਆਦੀ ਦੇ ਨਾਮ ਦਾ ਜੋੜਾ, ਉਸਤਾਦ ਹਾਦੀ ਦੇ ਨਾਮ ਦਾ ਜੋੜਾ ਡੱਕਾਂਗੇ ਜਨਾਬ। ਇਹ ਪਰ ਟੁੱਟ ਗਿਆ ਸੀਗਾ, ਬਹੁਤ ਅੱਗ ਮਾਦੀ ਆ ਜੀ, ਇਹ ਚੈੱਕ ਕਰੋ ਜ਼ਰਾ ਮਾਸ਼ਾਅੱਲਾ। ਇਹ ਚੈੱਕ ਕਰੋ ਦੋਵੇਂ ਪੰਜੇ ਵੀ ਦੇਖੋ ਜ਼ਰਾ, ਖੁਸ਼ਕ ਗਹਿਰੇ ਜਾਮ ਨਹੀਂ ਪੰਜੇ, ਇਹ ਦੇਖੋ ਸੇਮ ਹੈ ਦੋਨੋਂ ਵੀ। ਆ ਜੋੜਾ ਜੀ ਤੁਸੀਂ ਦੱਸਣਾ ਕਿਹੋ ਜੋੜਾ ਲੱਗਾ ਵਾ ਅਬਦੁੱਲ ਆਦੀ ਨੇ, ਤਾਂ ਬਾਬਾ ਜੀ ਮੈਨੂੰ ਅਬਦੁੱਲ ਆਦੀ ਕਿਤਨੇ ਮਾਰਕਸ ਦਿੱਤੇ ਉਨਕੋ? ਇਹ ਲੋ ਅੱਗ ਨੂੰ ਅੱਗ ਨਾਲ ਲਾਤਾ ਜਨਾਬ, ਅਬਦੁੱਲ ਆਦੀ ਅੱਗ ਨੂੰ ਅੱਗ ਨਾਲ ਲਵਾਤਾ ਸਰ। ਇਹ ਚੈੱਕ ਕਰੋ ਜੀ ਜੋੜਾ ਅਸੀਂ ਐਡਜਸਟ ਕੀਤਾ ਇੱਕ ਗੋਲਡਨ ਦੇ ਨਾਲ ਗੋਲਡਨ, ਠੀਕ ਆ ਭਾਜੀ। ਇੱਕ ਮੇਰੇ ਦੋਸਤ ਬੜੀ ਅੱਛੀ ਰਾਏ ਦਿੰਦੇ ਹੁੰਦੇ ਦਨਾਨ ਭਾਈ, ਉਹਨਾਂ ਨੂੰ ਵੀ ਸਪੈਸ਼ਲ ਵੀਡੀਓ ਉਹ ਵੀ ਦੱਸਣਗੇ ਜ਼ਰਾ ਕਿ ਆ ਜੋੜਾ ਸਾਖੀ ਭਾਈ ਨੇ ਕੈਸਾ ਲਾਤਾ, ਬ੍ਰੈਂਡ ਲਾਇਆ ਕਿ ਨਹੀਂ ਲਾਇਆ, ਠੀਕ ਆ ਭਾਜੀ। ਇਹ ਸਰ ਗੋਲਡਨ ਮਾਦੀ ਦੀ ਖਲੋਣੀ ਚੈੱਕ ਕਰ ਲਓ ਜਨਾਬ, ਔਰ ਨਾਲ ਮਾਸ਼ਾਅੱਲਾ ਜਨਾਬ ਗੋਲਡਨ ਹੀ ਕਬੂਤਰ ਲਾਤਾ ਹੀ, ਉਹ ਨਿਕਲ ਨਾ ਜਾਵੇ, ਨਿਕਲ ਗਿਆ ਤਾਂ ਲੱਭਣਾ ਕੋਈ ਨਹੀਂ ਗਾ ਇੱਥੋਂ, ਠੀਕ ਆ ਭਾਜੀ। ਇਹ ਜੋੜਾ ਲਾਤਾ। ਅੱਛਾ ਹੁਣ ਗੱਲ ਆ ਗਈ ਅਬਦੁੱਲ ਆਦੀ ਦੇ ਰਾਜੇ ਜ਼ਰਾ, ਹੁਣ ਗੱਲ ਆ ਗਈ, ਆਪਨੇ ਪ੍ਰੋਮਿਸ ਕੀਆ ਤਾਂ ਕਬੂਤਰ ਉਡਾਣੇ ਕਾ ਤਰੀਕਾ ਜੋ ਆਪ ਬਤਾਏਂਗੇ ਉਹ ਅੱਛਾ ਮੁਖਲਸ ਔਰ ਸਹੀ ਤਰੀਕਾ ਬਤਾਏਂਗੇ ਜੋ ਆਪਨੇ ਲਾਸਟ ਟਾਈਮ ਮੇਰੇ ਸੇ ਸਿਖਾ ਹੀ ਦੇ ਰਾਜੇ ਆਪ ਚਾਰ ਪਾਈ ਪੇ। ਅਬ ਆਪਨੇ ਬਤਾਨਾ ਹੈ ਜਨਾਬ ਸਹੀ ਸੀ ਨੁਸਖਾ, ਠੀਕ ਹੈ, ਜੋ ਆਪਕੇ ਮਾਇੰਡ ਮੇ ਹੈ, ਠੀਕ ਹੈ ਜੀ, ਜੋ ਆਪਨੇ ਬਤਾ। ਅੱਛਾ ਅਬਦੁੱਲ ਆਦੀ ਸਹੀ ਸੀ ਬਤਾਨਾ ਹੈ, ਅਬ ਆਪ ਬਤਾਏ ਕਿਆ ਆਪ ਕਿਆ ਕਹਤੇ ਹੈਂ? ਨੁਸਖਾ ਥੋੜਾ ਸਾ ਭੁੱਲ ਗਿਆ, ਯਾਦ ਕਰ ਰਹਾ ਹੂੰ, ਆ ਗਿਆ। ਅੱਛਾ ਅੱਛਾ, ਆਪਨੇ ਨਾ ਇੱਕ ਆਲੂ ਬੁਖਾਰਾ ਲੈਣਾ ਹੈ, ਵੋ ਜੋ ਆਲੂ ਬੁਖਾਰਾ ਤਾਂ ਸੁੱਕਾ, ਠੀਕ ਹੈ, ਉਸਕੋ ਆਪਨੇ ਨਾ 40 ਸੀਸੀ ਪਾਣੀ ਮੇਂ ਡਾਲ ਲੈਣਾ ਹੈ,
ਭਗੋ ਕੇ ਰੱਖ ਦੇਣਾ। ਇਹ ਕਿਸ ਦਿਨ ਦੇ? ਜਬ ਕਬੂਤਰ ਆ ਗਏ, ਨਹੀਂ ਨਾਗੇ ਵਾਲੇ ਦਿਨ। ਅੱਛਾ ਅੱਛਾ, ਯਾਨੀ ਕਿ ਆਜ ਨਾ ਗਿਆ, ਕੱਲ ਘੁੰਮ ਨੇ ਉਡਾਣੇ, ਤਾਂ ਆਜ ਕੇ ਦਿਨ ਸਵੇਰ ਕੋ ਇਹ ਦੇਣਾ। ਠੀਕ ਹੋ ਗਿਆ, ਸਵੇਰ ਕੋ ਇਹ ਆਲੂ ਬੁਖਾਰਾ ਭਗੋ ਕੇ ਕੈਸੇ ਦੇਣਾ ਵੋ ਵੀ? ਅੱਛਾ, ਜਬ ਆਪਨੇ ਪਾਣੀ ਮੇ ਭਗੋ ਹੋ ਗਿਆ ਨਾ, ਆਪਨੇ ਐਸੇ ਐਸੇ ਕਰ ਲੈਣਾ। ਅੱਛਾ, ਉਸ ਕੋ ਮਸਲ ਲੈਣਾ ਹੈ ਪਾਣੀ ਮੇ? ਅੱਛਾ, ਪਾਣੀ ਕੋ ਮਸਲ ਲੈਣਾ ਹੈ, ਠੀਕ ਹੈ। ਅੱਛਾ, ਸਵੇਰ ਕੋ 10:06 ਸਵੇਰ ਕੋ 6 ਵਜੇ ਬਦਾਮ ਦੇਣੇ ਆਪ ਲੋਗੋ ਨੇ। ਅਬ ਉਹ ਜੋ ਖੁਰਾਕ ਦਿੱਤੇ ਹੈ ਉਹ ਦੇ ਦੇ। ਅੱਛਾ, ਇਹ ਪਾਣੀ ਕਬ ਦੇਣਾ ਹੈ? ਪਾਣੀ 10 ਵਜੇ। 10 ਵਜੇ ਪਾਣੀ ਦੇ ਦੇਣਾ? 10 ਵਜੇ ਪਾਣੀ ਦੇ ਦੇਣਾ। ਇਹ ਕਿਤਨਾ ਦੇਣਾ ਹੈ ਪਾਣੀ? ਪਾਣੀ ਕਈ ਕਿਤਨਾ? 10 ਸੀਸੀ। ਅੱਛਾ ਅੱਛਾ, ਸ਼ਾਇਦ ਮੇਰੇ ਦੋਸਤੋਂ ਕੋ ਨਾ ਸਮਝਣ ਮੇਂ ਗਲਤੀ ਲੱਗੀ ਹੋ, ਮੈਂ ਬਤਾਤਾ ਹੂੰ। ਅਬਦੁਲ ਹਾਦੀ ਬਤਾ ਰਿਹਾ ਹੈ ਕਿ ਆਪਨੇ ਆਲੂ ਬੁਖਾਰਾ ਲੈ ਲੈਣਾ ਹੈ, ਠੀਕ ਹੈ ਜੀ। ਆਲੂ ਬੁਖਾਰਾ ਲੈ ਲੈਣਾ, ਉਸਕੇ ਸਾਥ ਆਪਕੋ ਇੱਕ ਛੋਟੀ ਸੀ ਬਾਤ ਮੈਂ ਵੀ ਐਡ ਕਰ ਦੂੰ ਉਸਮੇਂ, ਅਬਦੁਲ ਹਾਦੀ ਭੁੱਲ ਗਿਆ। ਇਤਨਾ ਸਾ ਪੁਦੀਨਾ, ਸੂਕਾ ਪੁਦੀਨਾ ਔਰ ਇਤਨਾ ਸਾ ਸਫੈਦ ਜ਼ੀਰਾ, ਤਿੰਨੋਂ ਚੀਜ਼ਾਂ ਭਿਗੋ ਕੇ ਰੱਖ ਦੇਣੀਆਂ ਰਾਤ ਕੋ। ਸਵੇਰ ਕੋ ਆਲੂ ਬੁਖਾਰੇ ਕੋ ਐਸੇ ਐਸੇ ਮਸਲਨਾ ਹੈ ਔਰ ਵੋ ਉਨਕੋ ਨਾ ਐਸੇ ਐਸੇ ਮਸਲ ਕੇ ਜੋ ਆਪਨੇ ਕੀਆ ਹੋਗਾ, ਜੋ ਮਿਕਸ ਕੀਆ ਹੋਗਾ, ਉਸਕਾ 10 ਸੀਸੀ ਪਾਣੀ ਸਵੇਰ ਕੋ ਆਪਨੇ ਬਦਾਮੋ ਕੀ ਖੁਰਾਕ ਦੇਣੇ ਕੇ ਬਾਅਦ ਨਾ, ਬਦਾਮੋ ਕੀ ਖੁਰਾਕ ਦੇ ਦੀ, ਕਿਉਂਕਿ ਜਿਸ ਦਿਨ ਨਾਗਾ ਹੋਤਾ ਲੋਕ ਸਵੇਰ ਸੇ ਬਦਾਮੋ ਕੀ ਖੁਰਾਕ ਦੇਣਾ ਸਟਾਰਟ ਕਰ ਦਿੱਤੇ ਹੈ। 6 ਵਜੇ ਅਸੀਂ ਦੇਣਾ ਸ਼ੁਰੂ ਕਰਦੇ, 6 ਵਜੇ ਦੀ 2 ਗਿਰੀਆਂ, ਫਿਰ 8 ਵਜੇ ਦੀ, ਫਿਰ 10 ਵਜੇ। 10 ਵਜੇ ਆਪਨੇ ਜੇ ਪਾਣੀ ਦੇ ਦੇਣਾ ਹੈ 10 ਸੀਸੀ, ਠੀਕ ਹੈ ਜੀ। ਅੱਛਾ, 10 ਸੀਸੀ ਪਾਣੀ ਦੇ ਦੇਣਾ, ਉਸਕਾ ਕਿਆ ਫਾਇਦਾ ਹੋਗਾ? ਆਪਕਾ ਨਾ ਕਬੂਤਰ ਜੋ, ਮਤਲਬ ਕਿ ਵੋ ਹਮਨੇ ਦੇ ਦਿਆ, ਉਸਕਾ ਫਾਇਦਾ ਕਿਆ ਹੋਗਾ? ਮੈਂ ਫਾਇਦਾ ਇਹ ਹੋਗਾ, ਆਪਕਾ ਜੋ ਕਬੂਤਰ ਹੈ ਨਾ, ਉਸਕਾ ਕਬੂਤਰ ਕੇ ਅੰਦਰ ਅੰਦਰ ਸੇ ਨਾ ਵੋ ਨਾ ਬਿਲਕੁਲ ਠੰਡਾ ਹੋ ਜਾਏਗਾ, ਮਤਲਬ ਉਸਕੋ ਆਰਾਮ ਮਿਲ ਜਾਏਗਾ। ਅੱਛਾ ਅੱਛਾ, ਨਾਗੇ ਵਾਲੇ ਦਿਨ ਕਬੂਤਰ ਅੰਦਰੋਂ ਨਾ ਮਤਲਬ ਕਿ ਤਾਰਾ ਹੋ ਜਾਏਗਾ, ਠੰਡਾ ਹੋ ਜਾਏਗਾ। ਕਬੂਤਰ ਨੂੰ ਮਕਸਦ ਹੈਗਾ ਠੰਡਾ ਕਰਦਾ, ਕਬੂਤਰ ਦਾ ਹਾਜ਼ਮਾ, ਕਬੂਤਰ ਦੀ ਹੱਡੀ ਜੋੜ ਸਭ ਠੀਕ ਕਰ ਲੈਣਾ, ਤੇ ਫਿਰ ਉਹਨੂੰ ਅੱਧੇ ਘੰਟੇ ਲਈ ਧੁੱਪੇ ਛੱਡ ਦੇਣਾ, ਠੀਕ ਹੈ ਨਾ, ਜਾਲ ਦੇ ਵਿੱਚ। ਅੱਛਾ, ਉਸਕੇ ਬਾਅਦ ਵੋ ਆਪਨੇ ਬਤਾ ਦੀ ਤਿਆਰੀ ਕਿ ਇਹ ਐਸੇ ਕਰਨੀ ਹੈ, ਠੀਕ ਹੈ, ਸਮਝ ਲੱਗ ਗਈ ਹਮੇ। ਅਬ ਉਸਕੇ ਬਾਅਦ ਸ਼ਾਮ ਕੋ ਕਿਆ ਕਰਨਾ, ਵੋ ਕਿਸ ਨੇ ਬਤਾਨਾ? ਦਾਲ ਚੀਨੀ ਮੋਟੀ ਇਲਾਚੀ ਸਾਨ ਮੇ ਮੁਨੱਕਾ ਆਪਨੇ ਉਨਕੋ ਦੇ ਦੇਣਾ। ਅੱਛਾ, ਨਹੀਂ ਮੇਰੀ ਬਾਤ ਸੁਣੋ, ਵੋ ਤੋ ਆਪਨੇ ਬਤਾ ਦੀ ਇਹ ਦੇ ਦੇਣਾ, ਕੈਸੇ ਦੇਣਾ? ਆਪਕੋ ਇਤਨਾ ਵੀ ਨਹੀਂ ਪਤਾ, ਆਪਨੇ ਨਾ ਵੋ ਕਿਆ ਕਹਤੇ ਹੈ, ਉਸਕੋ ਨਾ ਪਾਣੀ ਮੇ ਡਾਲਨਾ ਹੈ, ਇੱਕ ਗਲਾਸ, ਇੱਕ ਮੁਨੱਕਾ ਲੈ ਲਈਏ, ਦੋ ਮੁਨੱਕੇ ਲੈ ਲਈਏ, ਇੱਕ ਦਾਲ ਚੀਨੀ ਲੈ ਲਈ, ਇੱਕ ਦਾਲ ਚੀਨੀ ਲੈ ਲਈ, ਦੋ ਮੁਨੱਕੇ ਲੈ ਲਈ, ਇੱਕ ਬੜੀ ਇਲਾਚੀ ਲੈ ਲਈ, ਤਿੰਨ ਚੀਜ਼ਾਂ ਹੋ ਗਈ, ਚੌਥੀ ਉਸਮੇ ਦੋ ਕਾਲੀ ਮਿਰਚਾਂ ਡਾਲ ਲੈ, ਠੀਕ ਹੈ, ਚਾਰ ਚੀਜ਼ਾਂ ਹੋ ਗਈਆਂ ਜੀ ਭਾਜੀ। ਚਾਰ ਚੀਜ਼ਾਂ ਕੋ ਪਾਣੀ ਮੇ ਡਾਲ ਲੈਣਾ? ਪਾਣੀ ਮੇ ਡਾਲ ਲੈਣਾ, ਇੱਕ ਗਲਾਸ ਪਾਣੀ ਮੇ, ਠੀਕ ਹੈ, ਉਸਕੋ ਨਾ ਆਪਨੇ ਉਬਾਲ ਲੈਣਾ, ਜਬ ਤੱਕ ਵੋ ਆਧਾ ਗਲਾਸ ਨਹੀਂ ਹੋ ਜਾਤਾ, ਠੀਕ ਹੈ, ਆਧਾ ਗਲਾਸ ਲੈ ਕੇ ਉਤਾਰ ਲਿਆ, ਇਹ ਰਾਤ ਕਾ ਕਾਮ ਹੈ, ਸਵੇਰ ਕੋ ਠੰਡਾ ਕੀਆ ਥਾ, ਅਬ ਰਾਤ ਕੋ ਹਮ ਕਬੂਤਰ ਕੋ ਆਪਕਾ ਮਤਲਬ ਹੈ ਗਰਮ ਕਰੇਂਗੇ। ਵੈਰੀ ਗੁੱਡ ਅਬਦੁਲ ਹਾਦੀ, ਕਿਆ ਬਾਤ ਹੈ, ਉਸਤਾਦ ਹੋ ਗਏ ਅਬਦੁਲ ਹਾਦੀ ਆਪ ਯਾਰ, ਬੜੇ ਮਨੇ ਤੁਹਾਨੂੰ ਉਸਤਾਦ ਬਣੋਗੇ ਇਨਸ਼ਾਅੱਲਾ, ਮੇਰਾ ਅੱਲਾ ਨੇ ਚਾਹਾ ਤੋ। ਅੱਛਾ, ਰਾਤ ਕੋ ਗਰਮ ਕਰ ਦਈਏ, ਰਾਤ ਕੋ ਕਿਤਨਾ ਪਾਣੀ? ਅੱਛਾ, ਆਪਨੇ ਨਾ 5 ਸੀਸੀ ਸੇ ਉਪਰ, ਸਾਲ ਮੇ 10 ਸੀਸੀ ਸੇ ਨੀਚੇ, ਮਤਲਬ 5 ਸੀਸੀ ਜਾਂ ਫਿਰ 7 ਸੀਸੀ ਆਪ ਲੋਗ ਅੰਡਾ ਦੇ ਦੇ, ਰਾਤ ਕੋ ਦੇ ਦੇਣਾ, ਵੈਰੀ ਗੁੱਡ ਅਬਦੁਲ। ਅੱਛਾ, ਔਰ ਤੋਂ ਕੁਝ ਮੈਡੀਸਨ ਨਹੀਂ ਦੇਣੀ ਹੈ? ਨਾ, ਇਹ ਦੇਸੀ ਤਰੀਕਾ ਹੈ ਬਸ, ਵੈਰੀ ਭਾਈ ਜਾਨ, ਜਿਹੜੇ ਲੋਕ ਮੈਡੀਸਨ ਤੋਂ ਡਰਦੇ ਨੇ, ਜਿਹਨਾਂ ਦੇ ਕਬੂਤਰ ਰੁਕੇ ਆ, ਉਹਨਾਂ ਲਈ ਬਿਹਤਰੀਨ ਟੋਟਕਾ ਰਾਤ ਨੂੰ ਕਬੂਤਰ। ਅੱਛਾ, ਹੁਣ ਬੜੀ ਪਲੈਨਿੰਗ ਆ, ਸਵੇਰ ਨੂੰ ਕਬੂਤਰ ਨੂੰ ਠੰਡਾ ਕਰ ਦਿਓ, ਰਾਤ ਨੂੰ ਕਬੂਤਰ ਗਰਮ ਕਰਕੇ ਸਵੇਰ ਨੂੰ ਉਡਾ ਲਓ। ਮੈਂ ਵੀ ਇਨਸ਼ਾਅੱਲਾ ਇਸ ਚੀਜ਼ ਨੂੰ ਮੰਨਦਾ ਵਾਂ, ਮੈਂ ਕਬੂਤਰ ਕੋ ਚੈੱਕ ਕੀਤੇ, ਕਬੂਤਰਾਂ ਬੜੀ ਅੱਛੀ ਪਰਫਾਰਮੈਂਸ ਕਰਦੇ, ਕਬੂਤਰ ਆਦਾ ਠੰਡਾ ਹੋ ਜਾਏਗਾ, ਆਦਾ ਗਰਮ ਹੋ ਜਾਏਗਾ। ਸਵੇਰ ਕੋ ਠੰਡਾ ਹੋਆ, ਉਸਨੇ ਆਪਣਾ ਹਾਜ਼ਮਾ ਠੀਕ ਕੀਆ, ਆਪਣੇ ਜਿਸਮ ਕੋ ਠੀਕ ਕੀਆ, ਰਾਤ ਕੋ ਆਪਨੇ ਉਸਕੋ ਥੋੜੀ ਜਿਹੀ ਗਰਮੈਸ਼ ਦੀ,
ਸੁਬਹ ਕੋ ਕਬੂਤਰ ਜਨਾਬ ਉੱਡ ਕੇ ਆਏਗਾ, ਸ਼ਾਮ ਲਗਾ ਕੇ ਆਏਗਾ ਇਨਸ਼ਾਅੱਲਾ, ਸ਼ਾਮ ਕੋ ਬੈਠੇਗਾ 6-7 ਵਜੇ। ਅੱਛਾ ਕਿਆ ਬਾਤ ਹੈ ਜੀ। ਲੋ ਜੀ ਭਾਈ ਜਾਨ, ਅੱਜ ਹੈਪੀ ਸੰਡੇ ਦੇ ਵਿੱਚ ਜਨਾਬ ਅਬਦੁਲ ਹਾਦੀ ਨੇ ਬਹੁਤ ਅੱਛਾ ਟੋਟਕਾ ਬਤਾਇਆ, ਮੈਨੂੰ ਜੋੜਾ ਲਾਤਾ ਜਨਾਬ, ਤੁਹਾਡੇ ਲਈ ਬਿਹਤਰੀਨ ਟੀਟਾ। ਬਿਲਕੁਲ ਇਸੇ ਤਰੀਕੇ ਨਾਲ ਕਰੋ, ਸੁਬਹ ਨੂੰ ਉਹਨੇ ਗਿਆ ਆਲੂ ਬੁਖਾਰਾ, ਥੋੜ੍ਹਾ ਜਿਹਾ ਪੁਦੀਨਾ, ਥੋੜ੍ਹਾ ਜਿਹਾ ਜ਼ੀਰਾ ਭੇ ਕੇ ਰੱਖ ਲਓ ਇੱਕ ਗਲਾਸ ਦੇ ਵਿੱਚ, ਉਹਨੂੰ ਬਾਅਦ ਮਸਲ ਕੇ ਚੰਗੀ ਤਰ੍ਹਾਂ ਨਾ, ਜਾਂ ਉਹਨੂੰ ਕੁੱਟ ਕੇ ਇਹਨੂੰ ਮਤਲਬ ਕਿ ਸਫੈਦ ਜ਼ੀਰਾ ਅਤੇ ਉਹਨੂੰ ਕੁੱਟ ਕੇ, ਅਤੇ ਫਿਰ ਬਾਅਦ 'ਚ ਉਹਦਾ ਰਸ ਕੱਢ ਕੇ ਨਾ ਸਾਰਾ, ਤਾਂ ਉਹ ਭਾਜੀ 5-7 ਸੀਸੀ ਪਾਣੀ ਦੇ ਦਿਓ ਸੁਬਹ ਨੂੰ। ਕਬੂਤਰ ਸਾਰੀ ਦਿਹਾੜੀ ਆਪਣੇ ਇੰਜੋਏਮੈਂਟ ਰਹੇਗਾ। ਰਾਤ ਨੂੰ ਕਬੂਤਰ ਨੂੰ ਦਾਲ ਚੀਨੀ ਮਨੱਕਾ ਅਤੇ ਉਹ ਜਿਹੜੀ ਮੋਟੀ ਇਲਾਇਚੀ ਅਤੇ ਕਾਲੀ ਮਿਰਚ ਦਾ ਪਾਣੀ ਦਿਓ, 10 ਸੀਸੀ ਦੇ ਦਿਓ ਰਾਤ ਨੂੰ 10 ਵਜੇ। ਸਵੇਰ ਨੂੰ ਕਬੂਤਰ ਤੁਸੀਂ ਉਡਣ ਦੇ ਨਜ਼ਾਰੇ ਲਿਓ ਯਾਦ ਕਰੋ। ਆਪਨੇ ਸੁਬਹਾ ਇੱਕ ਚੀਜ਼ ਬੋਲਣਾ ਭੁੱਲ ਗਏ, ਸੁਬਹਾ ਸੁਬਹਾ ਕੋ ਆਪਨੇ ਇਹ ਕਹੇ ਨਾ, ਆਪਨੇ ਇਹ ਨਹੀਂ ਕਹਾ ਕਿ ਉਸਕੋ ਬਾਹਰ ਰੱਖਣਾ। ਅੱਛਾ ਅੱਛਾ ਧੁੱਪ, ਸੋਰੀ ਸੋਰੀ ਭਾਜੀ, ਇਹ ਪਾਣੀ ਦੇ ਕੇ ਉਹਨੂੰ ਕਬੂਤਰ ਨੂੰ ਬਾਹਰ ਧੁੱਪੇ ਵੀ ਰੱਖਣਾ, ਜ਼ਰਾ ਕਬੂਤਰ ਹੈ ਨਾ ਧੁੱਪੇ ਠਾਪੇ ਠੁੱਪੇ ਲਾ ਕੇ ਬਿੱਠਾ ਬੁੱਠਾ ਮਾਰ ਲਏਗਾ। ਠੀਕ ਹੈ ਜੀ, ਦੁਆਵਾਂ ਜੀ ਯਾਦ ਰੱਖਿਓ, ਪਿਜਨ ਕਾਰਨ ਚੈਨਲ ਸਬਸਕ੍ਰਾਈਬ ਕਰੋ। ਅੱਲਾ ਹਾਫਿਜ਼।